ਮਾਰਾ ਦਸਤੂਰ ਤੋਂ 13 ਸਦੀਆਂ ਪਹਿਲੇ ਨਾਜ਼ਲ ਹੋ ਚੁੱਕਾ ਹੈ ਹੁਣ ਤੁਸੀਂ ਗੌਰ ਕਰੋ ਕਿ ਕਿੰਨੀ ਵੱਡੀ ਗੱਲ ਸੀ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਮੁਸਲਮਾਨ ਫਿਰਕਾ ਵਰਜੇ ਮੁਬਤਲਾ ਨਹੀਂ ਹੋ ਸਕਦਾ ਫਿਰ ਇੱਕ ਵਾਕਿਆ ਇੱਥੇ ਹੋਇਆ ਇਲਾਹਾਬਾਦ ਦਾ ਜਿਹੜਾ ਤਾਰੀਖੀ ਜਲਸਾ ਬੜਾ ਮਸ਼ਹੂਰ ਮਾਰੂਫ ਉਹਦੇ ਵਿੱਚ ਹਜ਼ਰਤ ਕਾਜ਼ੀ ਆਜ਼ਮ ਮੇਰੇ ਅੱਬਾ ਜੀ ਰਹਿਮਤੁਲਾਹ ਅਲੈਹ ਤਾਰੀਖ ਪਾਕਿਸਤਾਨ ਸ਼ਾਮਲ ਹੋਇਆ ਸਾਡੇ ਅੱਬਾ ਜੀ ਕਹਿੰਦੇ ਹਨ ਕਾਜ਼ੀ ਆਜ਼ਮ ਦੀ ਗੱਲ ਗੁਲ ਤਾਂ ਕਿਸੇ ਨੂੰ ਸਮਝ ਨਹੀਂ ਸੀ ਆਉਂਦੀ ਲੇਕਿਨ ਉਂਜ ਲੋਕਾਂ ਦਾ ਯਕੀਨ ਸੀ ਵੀ ਜੋ ਇਹ ਕਹਿੰਦਾ ਨਾ ਕਹਿੰਦਾ ਸਹੀ ਇਸ ਵਜ੍ਹਾ ਤੋਂ ਜਿੱਥੇ ਉਹਦਾ ਨਾਮ ਆ ਜਾਂਦਾ ਸੀ ਦੁਨੀਆਂ ਸਾਰੀ ਪਹੁੰਚ ਜਾਂਦੀ ਸੀ ਅਤੇ ਉਹ ਫਰਮਾਉਂਦੇ ਹਨ ਅਸੀਂ ਆਪ ਜਾਂਦੇ ਰਹੇ ਅਤੇ ਉਹ ਇਲਾਹਾਬਾਦ ਜਿਸ ਵੇਲੇ ਕਾਜ਼ੀ ਆਜ਼ਮ ਰਹਿਮਤੁਲਾਹ ਅਲੈਹ ਆ ਕੇ ਜਲਸਾ ਗਾਹ ਦੇ ਵਿੱਚ ਦਾਖਲ ਹੋਏ ਇਹ ਜਿਹੜਾ ਬੰਦਾ ਸਟੇਜ 'ਤੇ ਕਈ ਲੋਕਾਂ ਨੇ ਕਿਹਾ ਲਿਆਕਤ ਅਲੀ ਖਾਨ ਸਾਹਿਬ ਤਸਵੀਰ ਕਰ ਰਹੇ ਸਨ ਅਤੇ ਨਾਰਾ ਕਿਸੇ ਹੋਰ ਨੇ ਲਾਇਆ ਲੇਕਿਨ ਕਈ ਲੋਕਾਂ ਨੇ ਕਿਹਾ ਲਿਆਕਤ ਅਲੀ ਖਾਨ ਨੇ ਨਾਰਾ ਲਾਇਆ ਕਿ ਪਾਕਿਸਤਾਨ ਕਾ ਬਾਦਸ਼ਾਹ ਅਤੇ ਲੋਕਾਂ ਨੇ ਕਿਹਾ ਮੁਹੰਮਦ ਅਲੀ ਦੇ ਨਾਲ ਫਿਰ ਲੈ ਪਾਕਿਸਤਾਨ ਕਾ ਬਾਦਸ਼ਾਹ ਕਾਜ਼ੀ ਆਜ਼ਮ ਰਹਿਮਤੁਲਾਹ ਅਲੈਹ ਦੌੜਦੇ ਹੋਏ ਆਏ ਔਰ ਉਹਨਾਂ ਨੇ ਉੱਚੀ ਆਵਾਜ਼ ਨਾਲ ਕਿਹਾ ਸਟਾਪ ਸਟਾਪ ਤਕਰੀਰਾਂ ਤੇ ਬੰਦ ਕਰਵਾ ਦਿੱਤੀ ਅਤੇ ਆਪ ਮਾਇਕ 'ਤੇ ਆ ਕੇ ਉਹਨਾਂ ਨੇ ਕਿਹਾ ਇਹ ਜੋ ਨਾਰਾ ਹੈ ਇਹ ਹਮਾਰੀ ਮੰਜ਼ਿਲ ਕੋ ਖੋਟਾ ਕਰਨੇ ਵਾਲਾ ਨਾਰਾ ਮੈਂ ਵਾਜ਼ਿਹ ਤੌਰ ਪਰ ਐਲਾਨ ਕਰਤਾ ਹੂੰ ਕਿ ਪਾਕਿਸਤਾਨ ਮੇਂ ਕਿਸੀ ਸ਼ਖਸੀਅਤ ਕੀ ਜਾਂ ਕਿਸੀ ਫਰਦ ਕੀ ਬਾਦਸ਼ਾਹਤ ਨਹੀਂ ਹੋਗੀ ਸਿਰਫ ਔਰ ਸਿਰਫ ਅੱਲਾਹ ਤਾਲਾ ਕੀ ਬਾਦਸ਼ਾਹਤ ਕਾਇਮ ਵਾਹ ਹੁਣ ਤੁਸੀਂ ਗੌਰ ਕਰੋ ਨਾ ਇਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਨਿਟੀ ਪੈਦਾ ਕਰਦੀਆਂ ਸਾਡੇ ਫਿਰ ਮੌਲਵੀ ਸਾਰੇ ਜਮ੍ਹਾਂ ਹੋ ਕੇ ਚਲੇ ਗਏ ਦਿਓਬੰਦੀ ਵੀ ਬਰੇਲਵੀ ਵੀ ਅਹਿਲ ਦੇਸ ਵੀ ਜਿਹੜੇ ਮੁਸਲਿਮ ਲੀਡਰ ਕਰਾਚੀ ਚਲੇ ਗਏ ਉਹਨਾਂ ਦੇ ਕੋਲ ਉਹ ਜਾ ਕੇ ਗੁਫ਼ਤਗੂ ਕਰਦੇ ਰਹੇ ਕਿ ਜਨਾਬ ਅਸੀਂ ਮੁਸਲਿਮ ਲੀਗ ਚਾਂ ਅਤੇ ਤੁਹਾਡਾ ਸਾਥ ਦੇ ਰਹੇ ਹਾਂ ਅਤੇ ਜਨਾਬ ਜੋ ਹੁਕਮ ਹੋਵੇ ਜੀ ਜਿਹੜੇ ਹੋਵੇ ਜੋ ਅਪੀਲ 'ਤੇ ਉਹਨਾਂ ਨੇ ਕਿਹਾ ਸੀ ਜੀ ਇਹ ਇੱਕ ਹਮਾਰਾ ਸਵਾਲ ਹੈ ਸਵਾਲ ਹੈ ਜਿੱਥੇ ਮੌਲਵੀਆਂ ਦੀ ਸੂਈ ਹੋਣੀ ਹੁੰਦੀ ਉਹਨੇ ਕਿਹਾ ਇਹ ਇੱਕ ਹਮਾਰਾ ਸਵਾਲ ਹੈ ਉਹਨਾਂ ਨੇ ਕਿਹਾ ਫਰਮਾਏ ਉਲਮਾਏ ਕਰਾ ਉਹਨੇ ਕਿਹਾ ਜਨਾਬ ਇਹ ਹਮਾਰੇ ਦਿਲ ਮੇਂ ਖਿਆਲ ਆਤਾ ਹੈ ਕਿ ਆਪਸੇ ਪੁੱਛੇ ਕਿ ਆਪਕਾ ਮਸਲਕ ਕਿਆ ਹੈ ਆਪਕਾ ਮਸਲਕ ਕਿਆ ਹੈ ਕਾਜ਼ੀ ਆਜ਼ਮ ਦੇ ਮਗਰੋਂ ਤਰਬੀਅਤ ਹੋਈ ਸੀ ਉਹਨੇ ਕਿਹਾ ਉਲਮਾਏ ਕਰਾਮ ਆਪਕਾ ਮਤਲਬ ਕਿਆ ਹੈ ਹੈ ਜੀ ਆਪਕਾ ਮਤਲਬ ਕਿਆ ਹੁਣ ਸ਼ਰਮਿੰਦੇ ਹੋਏ ਇੱਧਰ ਉੱਧਰ ਦੀਆਂ ਮਾਰਨ ਲੱਗੇ ਕਿ ਨਹੀਂ ਨਹੀਂ ਵੈਸੇ ਹੀ ਹਮ ਉਹਨਾਂ ਨੇ ਕਿਹਾ ਉਲਮਾਏ ਕਰਾਮ ਸੁਣੋ